किन्ने घर सी नुकसान की होया गया तुहाडा? नुकसान तो बहुत होया जी साडा, मतलब ये 5-6 घर है साडे। अच्छा हां जी, पानी नाल साडे गाड़े उजड़ के, घर ही उजड़ के साडे दा भाई, सारा पर भंग भोसड़े दा सारे खराब हो गया भाई। मैं ना जिन्निया गड्डियां फसियां, मैं कोई पैसा नहीं ले रहा, कोई कुछ नहीं वीर, लोगों के वास्ते मैं भले का काम कर रहा भी गड्डिया कढ़ाउण दा, भी कोई हैरानगिरी ना हो, कुछ ऐह जी कोई घटना ना हो जाए। पंजाबी लोग चैनल के नाल तुसी जुड़े हो, इस वक्त तुहाडे नाल तस्वीरां खरड़ तो सांझियां कर रहे हां कि लोग किस तरीके दे नाल मुसीबतां दा सामना कर रहे ने। इस तरीके दा जिहड़ा पानी है वध चुक्या है, इत्थों तुहानूं दिखावांगा कि इंज लग रहा कि किसी नहर दा किसी घग्गर दा पानी लंघ रहा है पूरी तेजी दे नाल। लोग प्रशासन नूं लगातार सवाल कर रहे ने कि यह इस तरीके दे नाल होया ਤਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਪੱਟ ਕੇ ਰੱਖ ਦਿੱਤਾ ਇੱਥੇ ਸਾਰਾ ਕੁਛ, ਤਾਂ ਕੰਮ ਜਿਹੜਾ ਕੀਤਾ ਨਹੀਂ ਗਿਆ ਪੂਰੀ ਤੇਜ਼ੀ ਦੇ ਨਾਲ, ਜਿਹੜਾ ਪਾਣੀ ਹੈ ਉਹ ਨਜ਼ਰ ਆ ਰਿਹਾ। ਤਾਂ ਲੋਕ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ, ਤਾਂ ਇੱਥੇ ਇਕੱਠੇ ਹੋ ਰਹੇ ਨੇ, ਖੜ੍ਹੇ ਹੋਏ ਨੇ, ਜਿਹੜੇ ਸਾਫ਼ ਤੌਰ 'ਤੇ ਇਹ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਲੰਘ ਰਹੇ ਨੇ। ਪਰ ਇਹ ਜੇ ਦੂਜੇ ਪਾਸੇ ਝੌਂਪੜੀਆਂ ਸੀਗੀਆਂ ਉਹ ਬਿਲਕੁਲ ਹੀ ਡੁੱਬ ਚੁੱਕੀਆਂ ਨੇ, ਉਹ ਵੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ। ਤਾਂ ਜਿਹੜੀ ਹੈ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਜਾਬ ਸਰਕਾਰ ਦੀ ਗੱਡੀ ਵੀ ਜਿਹੜੀ ਲੰਘਦੀ ਨਜ਼ਰ ਆ ਰਹੀ ਹੈ, ਗੱਡੀਆਂ ਦੇ ਬੰਪਰ ਟੁੱਟ ਚੁੱਕੇ ਨੇ ਜਿਹੜੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਹਿੰਦੇ ਕਰਨਾ ਪੈ ਰਿਹਾ। ਇਸ ਵਕਤ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਤਾਂ ਲੋਕ ਇੱਥੇ ਖੜ੍ਹੇ ਹੋਏ ਨੇ, ਅਸੀਂ ਉੱਧਰਲੇ ਪਾਸੇ ਵੀ ਜਾਵਾਂਗੇ। ਉਹ ਗਰੀਬ ਪਰਿਵਾਰਾਂ ਦੇ ਜਿਹੜੇ ਝੁੱਗੀਆਂ ਵਾਲੇ ਦੇ ਘਰ ਸੀਗੇ ਉਹ ਬਿਲਕੁਲ ਹੀ ਜਿਹੜੇ ਨੇ ਡੁੱਬ ਗਏ ਨੇ, ਪਾਣੀ ਬਹੁਤ ਜਿਹੜਾ ਤੇਜ਼ ਵਹਾਅ ਦੇ ਨਾਲ ਉਹਨਾਂ ਦੇ ਘਰਾਂ ਵੱਲ ਵਧਿਆ ਹੈ, ਤਾਂ ਉਹਨਾਂ ਦੀਆਂ ਆਸਾਂ ਦੇ ਉੱਤੇ ਪਾਣੀ ਫਿਰ ਗਿਆ, ਉਹਨਾਂ ਦੇ ਘਰਾਂ ਦੇ ਉੱਤੇ ਪਾਣੀ ਫਿਰ ਗਿਆ। ਤਾਂ ਆਪ ਘਰਾਂ ਦੇ ਵਿੱਚੋਂ ਨਿਕਲ ਕੇ ਇੱਧਰ ਸਾਈਡਾਂ 'ਤੇ ਖੜ੍ਹ ਗਏ ਨੇ, ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਹਾਂ ਕਿ ਕਿੰਨੀ ਮੁਸ਼ਕਿਲ ਜਿਹੜੀ ਹੈ ਇਹਨਾਂ ਨੂੰ ਆ ਰਹੀ ਹੈ। ਖਰੜ ਦੇ ਵਿੱਚ ਤਸਵੀਰ ਹੈ ਕਿ ਕਿੰਨਾ ਪਾਣੀ ਖੜ੍ਹਿਆ ਹੋਇਆ, ਗੋਡੇ ਗੋਡੇ ਪਾਣੀ ਖੜ੍ਹ ਚੁੱਕਿਆ, ਲੰਘਣ ਨੂੰ ਵੀ ਬਹੁਤ ਮੁਸ਼ਕਿਲ ਹੈ, ਸਾਰੇ ਘਰ ਡੁੱਬ ਚੁੱਕੇ ਨੇ, ਇਹਨਾਂ ਦੇ ਝੌਂਗੀਆਂ ਜਿਹੜੀਆਂ ਝੌਂਪੜੀਆਂ ਨੇ ਉਹ ਡੁੱਬ ਗਈਆਂ ਨੇ, ਬੱਚੇ ਜਿਹੜਾ ਛੋਟਾ ਹੈ ਉਹ ਵੀ ਉਹਦੇ ਵਿੱਚ ਲੰਘ ਰਿਹਾ ਤਾਂ ਜਾ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਦਿਲ ਨੂੰ ਦਿਖਾਉਣ ਵਾਲੀ ਤਸਵੀਰ ਹੈ ਕਿ ਕਿਸੇ ਦਾ ਘਰ ਇਸ ਤਰੀਕੇ ਨਾਲ ਡੁੱਬ ਜੇ ਤਾਂ ਕਿੰਨਾ ਦੁੱਖ ਹੁੰਦਾ ਹੋਵੇਗਾ। ਤਾਂ ਇਹ ਘਰ ਜਿਹੜੇ ਨੇ ਇਹਨਾਂ ਦੇ ਝੌਂਗੀਆਂ ਝੁੱਪੜੀਆਂ ਜਿਹੜੀਆਂ ਝੌਂਪੜੀਆਂ ਨੇ ਉਹ ਬਿਲਕੁਲ ਡੁੱਬ ਚੁੱਕੀਆਂ ਨੇ, ਜਵਾਕ ਕੁਛ ਲੈਣ ਗਿਆ ਅੰਦਰ ਪਾਣੀ ਦੀ ਜਿਹੜੀ ਹੈ ਢੋਲੀ ਚੱਕਣ ਗਿਆ ਤਾਂ ਉਹ ਲੈ ਕੇ ਆ ਰਿਹਾ। ਤਾਂ ਤੁਹਾਡੇ ਘਰ ਨੇ ਹੈ? ਅੱਛਾ, ਇਹ ਜਿਵੇਂ ਸਾਰਾ ਪਾਣੀ ਨਾਲ ਭਰ ਗਏ ਨੇ, ਕੋਈ ਮੰਗ ਨਹੀਂ ਰੱਖਦੇ ਕਿ ਸਰਕਾਰ ਇਸ ਵੱਲ ਦੇਖੇ ਧਿਆਨ ਦੇਵੇ ਵੀ ਇਸ ਤਰੀਕੇ ਦਾ ਹੋਇਆ? ਇਹ ਪਾਣੀ ਨਾਲ ਬਾਰਿਸ਼ ਨਾਲ ਹੋਇਆ ਜੀ ਇਹ। ਹਾਂ ਜੀ, ਬਾਰਿਸ਼ ਨਾਲ ਸਾਰਾ ਪਾਣੀ ਸੜਕ ਦਾ ਪਾਣੀ ਇੱਧਰ ਆ ਕੇ ਭਰਿਆ ਭਾਜੀ ਸਾਡਾ। ਅੱਛਾ ਹਾਂ ਜੀ, ਇਹ ਸਾਡੀ ਕਿੰਨੇ ਘਰ ਸੀਗੇ, ਨੁਕਸਾਨ ਕੀ ਹੋਇਆ ਗਿਆ ਤੁਹਾਡਾ? ਨੁਕਸਾਨ ਤਾਂ ਬਹੁਤ ਹੋਇਆ ਜੀ ਸਾਡਾ, ਮਤਲਬ ਇਹ 5-6 ਘਰ ਹੈ ਸਾਡੇ। ਅੱਛਾ ਹਾਂ ਜੀ, ਪਾਣੀ ਨਾਲ ਸਾਡੇ ਉਜੜ ਕੇ, ਘਰ ਹੀ ਉਜੜ ਕੇ ਸਾਡੇ ਦਾ ਭਾਈ, ਸਾਰਾ ਭੰਗ ਭੋਸੜਾ ਸਾਰਾ ਹੀ ਖਰਾਬ ਹੋ ਗਿਆ, ਟੁੱਟ ਗਿਆ ਸਾਰਾ ਕੁਛ। ਕੀ ਸਮਾਨ ਕੀ ਜਿਹੜਾ ਤੁਹਾਡਾ ਜ਼ਿਆਦਾ, ਕੋਈ ਰਾਸ਼ਨ ਵੀ ਸੀਗਾ ਜਿਹੜਾ? ਰਾਸ਼ਨ ਪਾਣੀ ਸਾਰਾ ਕੁਛ ਸੀਗਾ ਸਾਡਾ ਜੀ, ਆਪ ਬਰਤਨ ਬੁਰਤਨ ਜਿਹੜੇ ਕਣਕ ਕੁਣਕ ਸੀਗੀ, ਆਟਾ ਵਾਟਾ ਸੀਗਾ, ਜਿਹੜੇ ਆਪਣੇ ਗੈਸ ਚੁੱਲ੍ਹੇ ਸੀਗੇ ਸਭ ਬਹਿ ਗਏ ਜੀ ਸਾਡੇ ਤਾਂ। ਹਾਂ ਜੀ ਹਾਂ, ਮਤਲਬ ਸਾਰਾ ਕੁਛ ਖਰਾਬ ਹੋ ਗਿਆ। ਹਾਂਜੀ, ਸਾਡੇ ਸਾਰੇ ਮਕਾਨ ਟੁੱਟ ਗਏ, ਜਿਹੜੇ ਅਸੀਂ ਕੱਚੀਆਂ ਦੀਵਾਰਾਂ ਕੀਤੀਆਂ ਹੋਈਆਂ ਸੀਗੇ ਉਹ ਵੀ ਟੁੱਟ ਗਈਆਂ, ਬੜੀ ਮਿਹਨਤ ਨਾਲ ਬਣਾਈ ਸੀ ਹੱਥਾਂ ਨਾਲ, ਦੀਵਾਰਾਂ ਕਰੀ ਹੋਈਆਂ ਤੀਆਂ ਕੱਚੀਆਂ ਸੀਆਂ ਇੱਟਾਂ ਦੀਆਂ, ਉਹ ਵੀ ਟੱਟਾ ਹੋ ਗਈਆਂ ਭਾਈ ਪਾਣੀ ਨਾਲ। ਹਾਂਜੀ, ਉਹ ਤੁਸੀਂ ਤਿਆਰ ਕਰਾਈਆਂ ਸੀ ਜਾਂ ਸਾਰਿਆਂ ਨੇ ਰਲ ਕੇ ਤਿਆਰ ਕੀਤੀਆਂ ਹੋਈਆਂ? ਆਪਣੇ ਹੱਥ ਨਾਲ ਬਣਾਈ ਸੀਗੀ ਅਸੀਂ। ਅੱਛਾ, ਉਹ ਦੀਵਾਰਾਂ ਨੇ ਜਿਹੜੀਆਂ ਮਿੱਟੀ ਦੇ ਨਾਲ, ਇੱਟਾਂ ਦੇ? ਹਾਂਜੀ, ਇੱਟਾਂ ਦੇ ਨਾਲ ਗੋਬਰ ਨਾਲ ਬਣਾਈ ਸੀਗੀ ਅਸੀਂ। ਅੱਛਾ, ਉਹਦੇ ਨਾਲ ਬਣਾਈ ਸੀਗੀ, ਸਾਰੇ ਟੁੱਟ ਕੇ ਪੈ ਗਏ ਸਾਰੇ। ਹੁਣ ਮਤਲਬ ਇਹ 2 ਦਿਨਾਂ ਦਾ ਮੀਂਹ ਪੈ ਰਿਹਾ, ਫਿਰ ਤੁਸੀਂ ਸੌਂਦੇ ਕਿੱਥੇ ਹੋ? ਰਾਤ ਨੂੰ ਤਾਂ ਉਰੇ ਹੀ ਪਏ ਸੀਗੇ, ਬਾਹਰ ਹੀ ਕੱਟੀਆਂ ਜੀ ਰਾਤ। ਹਾਂ ਜੀ, ਬਾਹਰ ਇੱਥੇ ਖੜ ਕੇ ਜੀ, ਇੱਥੇ ਬੱਕਰੀਆਂ ਬੱਕਰੀਆਂ ਬੰਨੀ ਵੀ ਆ ਸਾਡੀਆਂ ਕੋ ਮਕਾਨ ਦੇ ਵਿੱਚ, ਉੱਥੇ ਉੱਥੇ ਖੜ ਕੇ ਰਾਤ ਕੱਟ। ਬਹੁਤ ਮੁਸ਼ਕਿਲ ਹੈ, ਕਈ ਲੋਕ ਕੋਠੀਆਂ ਦੇ ਵਿੱਚ ਵੀ ਫਸੇ ਹੋਏ ਨੇ ਘਰਾਂ ਦੇ ਵਿੱਚ, ਵੀ ਮਤਲਬ ਇਹ
ਇੱਥੇ ਕੀ ਹੋਣਾ ਚਾਹੀਦਾ ਸਰਕਾਰ ਨੂੰ ਕੁਝ ਕਹਿਣਾ ਚਾਹੁੰਦਾ ਨੂੰ ਸਾਨੂੰ ਮਤਲਬ ਇਹਦਾ ਕੋਈ ਮਤਲਬ ਬੰਦਾ ਕਰਕੇ ਦੇਵੇ ਸਾਨੂੰ ਉਹ ਮਕਾਨ ਮਕੂਨ ਪਾ ਕੇ ਦੇਵੇ ਸਾਨੂੰ ਮਕਾਨ ਮਕੂਨ ਹਾਂਜੀ ਬਾਈ ਆ ਟਰੈਕਟਰ ਲੈ ਕੇ ਆਏ ਨੇ ਤਾਂ ਅਸੀਂ ਗੱਲਬਾਤ ਉਹਨਾਂ ਪਰਿਵਾਰ ਨਾਲ ਵੀ ਕਰ ਰਹੇ ਸੀਗੇ ਬਾਈ ਰੋਕ ਲਿਆ ਗੇਅਰ 'ਚ ਨਾ ਹੋ ਜਾਏਗਾ ਤੇ ਟਰੈਕਟਰ ਕੱਦੂ ਕੁੱਦੂ ਕਰਨ ਲੱਗੇ ਇੰਨਾ ਪਾਣੀ ਨਹੀਂ ਨਹੀਂ ਬਾਈ ਮੈਂ ਨਾ ਜਿੰਨੀਆਂ ਗੱਡੀਆਂ ਫਸੀਆਂ ਮੈਂ ਕੋਈ ਪੈਸਾ ਨਹੀਂ ਲੈ ਰਿਹਾ ਕੋਈ ਕੁਛ ਨਹੀਂ ਵੀਰ ਲੋਕਾਂ ਦੇ ਵਾਸਤੇ ਮੈਂ ਭੱਲੇ ਦਾ ਕੰਮ ਕਰ ਰਿਹਾ ਵੀ ਗੱਡੀਆਂ ਕਢਾਉਣ ਦਾ ਵੀ ਕੋਈ ਹੈਰਾਨਗਿਰੀ ਨਾ ਹੋਵੇ ਕੁਛ ਇਹੋ ਜਿਹੀ ਕੋਈ ਘਟਨਾ ਨਾ ਹੋ ਜਾਵੇ ਪਾਣੀ ਮਗਰ ਕੇ ਹੁਣ ਦੇਖ ਲਓ ਵੀ ਇਹ 5 ਫੁੱਟ 6 ਫੁੱਟ ਟੋਆ ਬਣਿਆ ਵਾ ਇੱਥੇ ਕੋਈ ਵੀ ਗਿਰ ਸਕਦਾ ਇਹ 'ਚ ਵੱਡਾ ਜਿਹੜਾ ਤਸਵੀਰ ਹੈ ਬਾਈ ਨੇ ਦੱਸੀ ਹੈ ਕਿ ਜਿਸ ਤਰੀਕੇ ਦੇ ਨਾਲ ਸ਼ਿਵਾ ਪਿੱਛੇ ਰਹਿ ਅੱਗੇ ਨਾ ਬਹੁਤਾ ਜਾ ਤਾਂ ਬਾਈ ਇਸ ਤਰੀਕੇ ਦੇ ਫਿਰ ਮੁੱਖ ਮੰਤਰੀ ਪੰਜਾਬ ਤਾਂ ਸਾਰਿਆਂ ਨੂੰ ਕਹਿਤਾ ਕਿ ਆਪਣੇ ਹਲਕਿਆਂ ਦੇ ਵਿੱਚ ਜਾਓ ਭਾਵੇਂ ਐਮ ਐਲ ਏ ਆ ਭਾਵੇਂ ਮੰਤਰੀ ਹੈ ਕਿ ਲੋਕਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਜਿਹੜੇ ਕਰ ਰਹੇ ਨੇ ਉਹਨਾਂ ਦੇ ਨਾਲ ਖੜੋ ਕੋਈ ਆਇਆ ਕਿਸੇ ਨਾਲ ਗੱਲਬਾਤ ਹੋਈ ਕੋਈ ਸਰਕਾਰ ਦਾ ਨੁਮਾਇੰਦਾ ਛੋਟੇ ਬੱਚੇ ਹੈ ਇਹਨਾਂ ਦੇ ਦੇਖੋ ਇਹ ਗਰੀਬ ਬੰਦੇ ਆ ਕਿਸ ਤਰ੍ਹਾਂ ਵਿਚਰੇ ਉੱਥੇ ਬੈਠੇ ਆ ਇਹ ਤਾਂ ਇੰਨਾ ਪਾਣੀ ਚੱਲਿਆ ਕੋਈ ਪ੍ਰਸ਼ਾਸਨ ਬਿਲਕੁਲ ਨਹੀਂ ਧਿਆਨ ਦੇ ਰਿਹਾ ਇਹ ਗੱਲਬਾਤ ਪਰ ਵੀ ਦੇਖੋ ਵੀ ਇਹੋ ਜਿਹਾ ਬੁਰਾ ਹਾਲ ਹੋਇਆ ਪਿਆ ਰੋਡ ਪਰ ਕਰੰਟ ਦੀਆਂ ਤਾਰਾਂ ਨੰਗੀਆਂ ਪਈਆਂ ਕਿਤੇ ਵੀ ਕਰੰਟ ਆ ਸਕਦਾ ਬੱਚੇ ਕੀ ਕਿਸੇ ਦੀ ਜਾਨ ਜਾ ਸਕਦੀ ਆ ਕੋਈ ਬਹੁਤ ਜ਼ਿਆਦਾ ਅਣਗਹਿਲੀ ਹੋ ਰਹੀ ਹੈ ਜੀ ਇਹਦੇ ਵਾਸਤੇ ਕੋਈ ਦੇਖੋ ਜੀ ਤੁਸੀਂ ਆਹ ਵੀ ਕਿਹੋ ਜਿਹਾ ਬੁਰਾ ਹਾਲ ਹੋ ਰਿਹਾ ਤਸਵੀਰ ਹੈ ਇਹ ਬਈ ਕਹਿੰਦੇ ਮੈਂ ਸੇਵਾ ਕਰ ਰਿਹਾ ਕੋਈ ਵੀ ਗੱਡੀ ਖੜਦੀ ਹੈ ਖਰਾਬ ਹੁੰਦੀ ਹੈ ਪਾਣੀ ਦੇ ਵਿੱਚ ਬਈ ਖਰੜ 'ਚ ਹੀ ਕਰ ਰਹੇ ਹੋ ਕਿ ਹੋਰ ਪਾਸੇ ਵੀ ਜਾ ਰਹੇ ਮੈਂ ਸਾਰੇ ਪਾਸੇ ਸਨੀਮਾ ਜਾ ਰਿਹਾ ਸਨੀਮਾ ਬੱਲੂ ਮਾਜਰਾ TDI ਸਾਰੇ ਪਾਸੇ ਮੈਂ ਗੱਡੀਆਂ ਕੱਢ ਕੇ ਹੀ ਆਇਆ ਨੰਬਰ ਤੁਹਾਡਾ ਦੱਸ ਦਿਓ ਕੋਈ ਫਸਿਆ ਹੋਇਆ ਕਿ ਤੁਹਾਡੇ ਨਾਲ ਸੰਪਰਕ ਨੰਬਰ ਭਾਅ ਜੀ ਮੇਰਾ 98725 95 178 ਮੈਂ ਇਹਨਾਂ ਨਾਲ ਸੰਪਰਕ ਕਰ ਲਿਆ ਨੰਬਰ ਦੱਸ ਦਿੱਤਾ ਬਈ ਨੇ ਕਿ ਇੱਥੇ ਕੋਈ ਖਰੜ ਦੇ ਵਿੱਚ ਫਸਿਆ ਹੋਇਆ ਗੱਡੀ ਫਸੀ ਹੋਈ ਆ ਤਾਂ ਬਈ ਫ੍ਰੀ ਦੇ ਵਿੱਚ ਕੱਢ ਕੇ ਜਾਣਗੇ ਤਾਂ ਬਈ ਨੇ ਨੰਬਰ ਦੱਸ ਦਿੱਤਾ ਬਈ ਨਾਮ ਕੀ ਆ ਤੁਹਾਡਾ ਹਰਜਿੰਦਰ ਸਿੰਘ ਨੇ ਤਾਂ ਇਹਨਾਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ਬੱਲੋ ਮਾਜਰਾ ਦੇ ਰਹਿਣ ਵਾਲੇ ਨੇ ਤਾਂ ਉੱਥੋਂ ਦੇ ਜੱਸੀ ਸਰਪੰਚ ਵੀ ਨੇ ਬੱਲੋ ਮਾਜਰਾ ਦੇ ਤਾਂ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਇੱਕ ਵਾਰੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਲੋਕ ਮੈਂ ਸ਼ਿਵਾ ਨੂੰ ਕਹੂੰਗਾ ਕਿ ਪਾਣੀ ਇੱਧਰੋਂ ਵੀ ਦਿਖਾ ਦੇਣ ਕਿ ਕਿੰਨਾ ਖੜਿਆ ਹੋਇਆ ਗੋਡੇ ਗੋਡੇ ਪਾਣੀ ਹੈ ਤਾਂ ਟਰੱਕ ਲੰਘ ਰਹੇ ਨੇ ਗੱਡੀਆਂ ਲੰਘ ਰਹੀਆਂ ਨੇ ਤਾਂ ਪਾਣੀ ਕਿਵੇਂ ਵਿੱਚ ਵੱਜ ਰਿਹਾ ਸਾਰੇ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਤਾਂ ਐਕਟਿਵਾ ਲੰਘ ਰਹੀ ਹੈ ਕਿਉਂਕਿ ਪਾਣੀ ਵੀ ਸਲੰਸਰ ਦੇ ਵਿੱਚ ਪੈ ਜਾਂਦਾ ਪੂਰੇ ਜ਼ੋਰ ਦੇ ਨਾਲ ਲੰਘਾਉਣੀ ਪੈਂਦੀ ਹੈ ਤਾਂ ਇਹ ਤਸਵੀਰ ਸੀਗੀ ਘਰ ਟੁੱਟ ਗਏ ਕਹਿੰਦੇ ਬੜੇ ਮੁਸ਼ਕਲ ਦੇ ਨਾਲ ਜਿਹੜੇ ਘਰ ਬਣਾਏ ਸੀਗੇ ਕੰਧਾਂ ਕੱਢੀਆਂ ਸੀਗੀਆਂ ਉਹ ਸਾਰੀਆਂ ਢੇਰੀ ਹੋ ਗਈਆਂ ਤਾਂ ਇਹ ਤਸਵੀਰ ਸੀਗੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਮੁੱਖ ਮੰਤਰੀ ਪੰਜਾਬ ਨੇ ਅਪੀਲ ਵੀ ਕੀਤੀ ਹੈ ਕਿਸੇ ਨੂੰ ਘਰ ਦੇ ਵਿੱਚ ਅਗਰ ਜੇ ਬਾਹਰ ਜਾਣਾ ਜ਼ਰੂਰੀ ਕੰਮ ਹੈ ਤਾਂ ਨਿਕਲੋ ਵਰਨਾ ਨਾ ਨਿਕਲੋ ਲੋਕਾਂ ਨੂੰ ਘਰਾਂ ਦੇ ਵਿੱਚ ਖਾਸ ਤੌਰ 'ਤੇ ਰਹਿਣ ਦੀ ਅਪੀਲ ਕੀਤੀ ਹੈ ਤਾਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਇਹ ਤਸਵੀਰ ਸੀਗੀ ਖਰੜ ਦੀ ਤੁਹਾਡੇ ਨਾਲ ਸਾਂਝੀ ਕੀਤੀ ਹੈ